ਦੇ ਗੁਰਧਾਮੇ ਦਰਸ਼ਨ ਕਰ ਰਹੀਆਂ ਹਨ। ਤੁਹਾਡਾ ਧੰਨਵਾਦ ਹੈ। ਸਾਨੂੰ ਵੀ ਸੁਭਾਗ ਸਮਾਂ ਪ੍ਰਾਪਤ ਹੋਇਆ ਕਿ ਤੁਹਾਡੀ ਅਸੀਂ ਸੇਵਾ ਕਰ ਸਕੀਏ। ਅਕਾਲ ਚੈਨਲ 'ਤੇ ਸਾਨੂੰ ਪਤਾ ਲੱਗਿਆ ਸੀ, ਅਕਾਲ ਚੈਨਲ 'ਤੇ ਤੁਹਾਡੇ ਬਾਰੇ ਸਾਨੂੰ ਪਤਾ ਲੱਗਿਆ ਸੰਗਤ ਇਸ ਤਰ੍ਹਾਂ ਸੰਗਤ ਦਰਸ਼ਨ ਕਰਨ ਆਈਆਂ ਹੋਈਆਂ ਹਨ ਕਿ ਉੱਥੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਨਹੀਂ ਹੈ, ਸੰਗਤਾਂ ਬਹੁਤ ਗੁਰੂ ਮਹਾਰਾਜ ਦੇ ਚਰਨਾਂ ਜੁੜੀਆਂ ਹੋਈਆਂ ਹਨ। ਸੋ ਸਾਡਾ ਪਿੰਡ ਸਹੌੜਾ, ਜ਼ਿਲ੍ਹਾ ਮੋਹਾਲੀ, ਨੇੜੇ ਕੁਰਾਲੀ ਸ਼ਹਿਰ। ਮੇਰੇ ਨਾਲ ਭਾਈ ਮੋਹਨ ਸਿੰਘ, ਭਾਈ ਸਵਰ ਸਿੰਘ, ਭਾਈ ਚਰਨ ਸਿੰਘ ਅਤੇ ਦਾਸ ਪਰਵਿੰਦਰ ਸਿੰਘ ਅਤੇ ਸਾਡੇ ਪਿੰਡ ਦੀਆਂ ਸੂਹ ਸੰਗਤਾਂ ਵੱਲੋਂ ਉਪਰਾਲਾ ਕੀਤਾ ਹੈ। ਤੁਹਾਡੀ ਬੇਨਤੀ ਸੁਣ ਕੇ, ਅਕਾਲ ਚੈਨਲ ਦੀ ਅਨਾਊਂਸਮੈਂਟ ਸੁਣ ਕੇ ਕਿ ਸਾਡੇ ਪਿੰਡ ਵੱਲੋਂ ਆਪਦੇ ਜੋ ਗੁਰਦੁਆਰਾ ਸਾਹਿਬ ਬਾਰੇ ਉਹ ਸਭ ਦੇ ਸਾਂਝੇ ਹਨ, ਸਾਡੇ ਵੀ ਹਨ। ਸਾਡੇ ਨਗਰ ਦੇ ਸਿੰਘ ਇਹ ਨਾਗਪੁਰ 'ਚ ਰਹਿੰਦੇ ਹਨ, ਹੋਰ ਵੀ ਸੰਗਤਾਂ ਸਾਡੇ ਪਿੰਡ ਦੇ ਉੱਤੇ ਕਾਰੋਬਾਰ ਕਰਦੀਆਂ ਹਨ, ਗੱਡੀ ਆਦਿਕ ਦਾ, ਟਰਾਂਸਪੋਰਟ ਦਾ। ਅਸੀਂ ਉਹਨਾਂ ਨਾਲ ਮਿਲ ਕੇ ਅਸੀਂ ਉਹ ਪਿੰਡ ਤੋਂ ਤੁਹਾਡੇ ਵਾਸਤੇ, ਸੰਗਤਾਂ ਵਾਸਤੇ, ਗੁਰੂ ਘਰ ਵਾਸਤੇ 51,000 ਸੇਵਾ ਗੁਰੂ ਘਰ ਲਈ ਅਸੀਂ ਭੇਜਾਂਗੇ। ਸਾਨੂੰ ਆਪਣਾ ਪੂਰਾ ਪਤਾ, ਬੈਂਕ ਦਾ ਅਕਾਊਂਟ ਨੰਬਰ ਉਹ ਦੇ ਦਿੱਤਾ ਜਾਵੇ। ਜਲਦੀ ਸੰਗਤਾਂ ਤੁਹਾਨੂੰ 51,000 ਰੁਪਏ ਦੀ ਸੇਵਾ ਗੁਰੂ ਘਰ ਵਾਸਤੇ ਭੇਜਾਂਗੇ। ਬੋਲੇ ਅਸੀਂ ਹੋਰ ਵੀ ਕੋਸ਼ਿਸ਼ ਕਰਾਂਗੇ ਉਸ ਤੋਂ ਬਾਅਦ ਵੀ ਕਿ ਜੋ ਸਾਡੇ ਵੀਰ ਨਗਰ ਦੇ ਟਰਾਂਸਪੋਰਟ ਦਾ ਕੰਮ ਕਰਦੇ ਹਨ, ਕਾਰੋਬਾਰ ਆਪਣਾ ਕਰਦੇ ਹਨ ਨਾਗਪੁਰ ਦੇ ਵਿੱਚ, MP 'ਚ, ਉਹਨਾਂ ਦੇ ਨਾਲ ਸਹਿਯੋਗ ਕਰਕੇ ਹੋਰ ਵੀ ਵੱਧ ਤੋਂ ਵੱਧ ਤੁਹਾਡੇ ਵਾਸਤੇ ਸੇਵਾ ਜ਼ਰੂਰ ਕਰਾਂਗੇ। ਅਤੇ ਬੇਨਤੀ ਕਰਦੇ ਅੱਗੇ ਵੀ ਜਾਂ ਤੁਸੀਂ ਕਿਸੇ ਆਉਣਾ ਹੋਏ ਪੰਜਾਬ ਵੱਲ, ਭਾਈ ਸਾਹਿਬ ਕੋਲ ਮੇਰਾ ਨੰਬਰ ਨੋਟ ਹੈ, ਜ਼ਰੂਰ ਦੱਸਣਾ। ਅਸੀਂ ਪਿੰਡ 'ਚ ਹੀ ਤੁਹਾਨੂੰ ਬੁਲਾਵਾਂਗੇ, ਤਾਂ ਆਪ ਭਗਤ ਕਰਾਂਗੇ, ਸੰਗਤਾਂ ਤੁਹਾਡੀਆਂ ਸੇਵਾ ਕਰਕੇ ਖੁਸ਼ੀਆਂ ਪ੍ਰਾਪਤ ਕਰਨਗੀਆਂ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ। ਗੁਰੂ ਪਿਆਰੀ ਸਤ ਸੰਗਤ ਜੀ, ਆਏ ਸੀ ਆਪਣੇ ਪੰਜਾਬ ਤੋਂ, ਅਸੀਂ ਯਾਤਰਾ 'ਤੇ ਆਏ ਸੀ, ਗੁਰੂ ਦੀ ਕਿਰਪਾ ਤੋਂ ਨਿਸ਼ਾਨ ਸਾਹਿਬ ਲਾਏ ਹੋਏ ਸੀ। ਪਿੱਛੇ ਬਾਬਾ ਬਕਾਲਾ ਸਾਹਿਬ ਗੁਰਦੁਆਰੇ 'ਤੇ ਭਾਈ ਸਾਹਿਬ ਭਾਈ ਤੇਜਿੰਦਰ ਸਿੰਘ ਜੀ, ਅਕਾਲ ਚੇਨਨ ਵਾਲੇ ਭਾਈ ਸਾਹਿਬ ਭਾਈ, ਆਪਣੇ ਗੁਰਪ੍ਰੀਤ ਵੀਰ ਜੀ, ਗੁਰਪ੍ਰੀਤ ਵੀਰ ਜੀ ਆਪਣੇ ਅਕਾਲ ਚੇਨਨ ਦਿੱਲੀ ਵਾਲੇ ਦੇ ਰਾਹੀਂ, ਚੈਨਲ ਦੇ ਰਾਹੀਂ ਉਹਨਾਂ ਨੂੰ ਪਤਾ ਚੱਲਿਆ ਕਿ ਕੁੰਠਾ ਪਿੰਡ ਦੇ ਅੰਦਰ ਗੁਰਦੁਆਰਾ ਸਾਹਿਬ ਦੀ ਲੋੜ ਹੈਗੀ, ਉੱਥੇ ਨਿਸ਼ਾਨ ਸਾਹਿਬ ਲੈ ਗਏ ਹੈਗੇ। ਸੰਗਤ ਨੇ ਦੇਖੇ ਇੱਥੇ 51,000 ਕਰੀਬ ਇੱਥੇ ਗੁਰਦੁਆਰਾ ਸਾਹਿਬ ਦੇ ਲਈ ਸੇਵਾ ਕੀਤੀ। ਸਮੂਹ ਸਾਧ ਸੰਗਤ ਕੁੰਠਾ ਪਿੰਡ ਦੀ ਵੱਲੋਂ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ। ਗੁਰੂ ਆ ਗਏ ਅਰਦਾਸ ਕਰਦੇ, ਵਾਹਿਗੁਰੂ ਸਾਹਿਬ ਜੀ ਹਮੇਸ਼ਾ ਉਹਨਾਂ ਪਰਿਵਾਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ। ਵਾਹਿਗੁਰੂ ਜੀ ਕਾ ਖਾਲਸਾ।